It's all about ਦਿੱਲੀ ਦਾ ਫੇਰਾ ਲੱਗਿਆ ਤਾਂ ਪਾਕ ਤੁਸੀਂ ਮਾਣ ਬਖਸ਼ਿਆ ਕਿਉਂਕਿ ਮੈਂ ਜਿਹੜਾ ਸਮਾਜਿਕ ਮੀਡੀਆ ਬਹੁਤ ਘੱਟ ਹੈ ਇਹਦੇ 'ਤੇ ਤੋ ਮੇਰੇ ਬਾਰੇ ਬੜੀਆਂ ਗੱਲਾਂ ਚੱਲਦੀਆਂ ਆਉਂਦਾ ਨਹੀਂ ਜੀ ਪ੍ਰੋਗਰਾਮ 'ਤੇ ਜਿਹੜੇ ਮਲੰਗ ਟਾਈਪ ਦੇ ਗਾਇਕ ਹੁੰਦੇ ਨਾ ਉਹ ਅਕਸਰ ਇਹੀ ਕਹਿੰਦੇ ਆਉਂਦਾ ਨਹੀਂ ਕਾਹਤੇ ਨਹੀਂ ਆਉਂਦਾ ਫਿਰ ਜਿੱਥੇ ਵੀ ਜਾਂਦੇ 2 ਘੰਟੇ ਪਹਿਲਾਂ ਲੈ ਜਾਂਦੇ ਤੁਹਾਡੇ ਆਉਣ ਤੋਂ ਪਹਿਲਾਂ ਆ ਗਏ ਸੀ ਸੋ ਇਸ ਕਰਕੇ ਵੀ ਇਹ ਪ੍ਰੋਗਰਾਮ ਬਹੁਤ ਜ਼ਰੂਰੀ ਸੀ ਕਿ ਦਿੱਲੀ ਕੰਮ ਕਰਦੇ ਹਾਂ ਜਦੋਂ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਭਾਵ ਜੱਟ ਦੀ ਬੋਲੀ ਤੁਹਾਡੀ ਦਾ ਸੈੱਟ ਹੈ ਸੈਂਟਰ 'ਚ ਬੈਠੇ
ਮੈਂ ਇੱਥੇ ਤਰਜੀਹ ਸਾਹਿਬ